फील हो रहा है जी, बहुत प्राउड फील हो रहा है सर। बहुत ही सोना अरेंजमेंट सीगा, कोई रास्ते कोई तकलीफ नहीं हुई, बहुत ही बढ़िया अरेंजमेंट रहा। की लगता रही है सीडी है, सिर्फ जेडी प्राइस बनी ओदे लिए हो रही है या एक मैसेज है? हां हां, यूथ नु मैसेज हैगा कि नशा छड़ के स्पोर्ट्समैन बनाओ जी। ਸਾਡੇ ਮਾਨਯੋਗ ਮੁੱਖਮੰਤਰੀ ਜੀ ਵੱਲੋਂ ਇਹ ਨਿਰਦੇਸ਼ ਪਹਿਲਾਂ ਹੀ ਸਾਰਿਆਂ ਨੂੰ ਦਿੱਤੇ ਹੋਏ ਆ ਕਿ ਆਪਾਂ ਜਿਹੜਾ ਨਸ਼ਾ ਹੈਗਾ, ਜਿੰਨੀ ਵੀ ਥੋੜੀ ਵੀ ਅਮਾਉਂਟ 'ਚ ਪੇ ਹੈਗਾ, ਆਪਾਂ ਉਹਨੂੰ ਜੜੋਂ ਖਤਮ ਕਰਨਾ ਹੈਗਾ। ਤੇ ਸਭ ਤੋਂ ਵਧੀਆ ਜਿਹੜਾ ਤਰੀਕਾ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਲੈ ਕੇ ਜਾਣ ਲਈ ਤੇ ਜਾਗਰੂਕਤਾ ਪੈਦਾ ਕਰਨ ਲਈ ਉਹ ਸਾਡੇ ਖੇਡ ਨੇ। ਤੇ ਉਹਦੇ ਸੰਬੰਧ ਦੇ ਵਿੱਚ ਹੀ ਅਸੀਂ ਇਹ ਪਹਿਲੀ ਪਠਾਨਕੋਟ ਤੋਂ ਗੁਰਦਾਸਪੁਰ ਤੱਕ ਦੀ ਸਾਈਕਲੋਥੋਨ ਜਿਹੜੀ ਰੈਲੀ ਹੈ ਉਹ ਚਲਾਈ ਸੀ। ਮੈਨੂੰ ਬੜੀ ਖੁਸ਼ੀ ਹੈ, ਕਾਫੀ ਜ਼ਿਆਦਾ ਨੰਬਰ ਦੇ ਵਿੱਚ ਜਿਹੜੇ ਲੋਕਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ। ਸਵੇਰੇ 5:30 ਤੋਂ ਲੋਕਾਂ ਨੇ ਜੁਟਣਾ ਸ਼ੁਰੂ ਕੀਤਾ ਸੀਗਾ, ਛੋਟੇ ਬੱਚਿਆਂ ਦੇ ਨਾਲ ਨਾਲ ਵੱਡੇ ਬਜ਼ੁਰਗਾਂ ਨੇ ਵੀ ਪਾਰਟਿਸਿਪੇਟ ਕੀਤਾ, ਸਾਡੇ ਆਰਮੀ BSF ਤੇ ਪੁਲਿਸ ਦੇ ਜਵਾਨਾਂ ਨੇ ਵੀ ਪਾਰਟਿਸਿਪੇਟ ਕੀਤਾ। ਤੇ ਬਹੁਤ ਹੀ ਕਮ ਸਮੇਂ ਦੇ ਵਿੱਚ ਉਹਨਾਂ ਨੇ ਇਹ ਰੈਲੀ ਪੂਰੀ ਕੀਤੀ। ਤੇ ਹੁਣ ਜਦੋਂ ਇੱਥੇ ਇਕੱਠੇ ਵੀ ਹੋਏ, ਕਿਸੇ ਵੀ ਚਿਹਰੇ ਤੇ ਥਕਾਨ ਨਹੀਂ ਦਿਖੀ ਸਾਨੂੰ, ਪੂਰਾ ਜੋਸ਼ ਤੇ ਉਤਸ਼ਾਹ ਸੀਗਾ। ਇੱਕ ਮੈਸੇਜ ਦਿੰਦਾ ਹੈਗਾ ਕਿ ਜਦੋਂ ਆਪਾਂ ਨਸ਼ਿਆਂ ਦੀ ਗੱਲ ਕਰਦੇ ਹੈਗੇ ਤੇ ਸਾਡੇ ਕੋਲ ਇਦਾਂ ਦੀ ਯੂਥ ਐਨਰਜੀ ਨਾਲ ਭਰਿਆ ਹੋਇਆ ਜਿਹਨੂੰ ਆਪਾਂ ਪੋਜ਼ਿਟਿਵਲੀ ਚੈਨਲਾਈਜ਼ ਕਰਨ ਦੀ ਲੋੜ ਹੈ, ਉਹ ਸਾਡੀ ਅੱਜ ਕੋਸ਼ਿਸ਼ ਸੀਗੀ। ਮੈਨੂੰ ਲੱਗਦਾ ਬੜਾ ਵਧੀਆ ਇਹ ਮੈਸੇਜ ਗਿਆ ਹੋਣਾ ਹੈਗਾ, ਜਦੋਂ ਇਹ ਜਾਣਗੇ ਵਾਪਸ ਕਰਨਾ ਜੇ ਜਾਣਗੇ ਜੇਤੂ ਖਿਡਾਰੀ ਜਾਂ ਜਿਹੜੇ ਸਾਡੇ ਪਾਰਟੀਸਪੇਟ ਵੀ ਕਰਕੇ ਗਏ ਨੇ, ਉਹ ਇੱਕ ਮੈਸੇਜ ਦੇਣਗੇ ਕਿ ਜੇ ਆਪਾਂ ਇਸ ਪਾਸੇ ਆਪਣਾ ਧਿਆਨ ਦਈਏ ਤਾਂ ਆਪਾਂ ਕਿਤੇ ਅੱਗੇ ਪੰਜਾਬੀਆਂ ਨੂੰ ਲੈ ਕੇ ਜਾ ਸਕਦੇ ਨੇ। ਇਹੀ ਸਾਡਾ ਮੈਸੇਜ ਸੀਗਾ ਤੇ ਸਾਡਾ ਸਕਸੈਸਫੁਲ ਜਿਹੜਾ ਹੈ। ਬਿਲਕੁਲ ਜੀ, ਸਾਡੇ DSP ਸਾਹਿਬ ਜਿਹੜੇ ਸੀਗੇ ਉਹ ਨਾਲ ਜੁੜੇ ਨੇ, ਸਾਡੇ ਕਈ ਜਿਹੜੇ ਅਧਿਕਾਰੀ ਨੇ BSF ਦੇ ਕਮਾਂਡੈਂਟਸ ਸਾਡੇ ਜਿਹੜੇ ਸੱਦੇ ਦੇ ਉੱਤੇ ਉਹ ਆਏ ਸੀ, ਉਹਨਾਂ ਨੇ ਪਾਰਟੀਸਪੇਟ ਕੀਤਾ ਹੈਗਾ। ਐਂਡ ਬਿਲਕੁਲ, ਕਿਉਂਕਿ ਇਹ ਲੰਬੀ ਰੈਲੀ ਸੀਗੀ, ਸਾਡੇ ਪ੍ਰਬੰਧ ਵੀ ਦੇਖਣੇ ਸੀਗੇ, ਸਾਡੇ ਕਈ ਅਫਸਰ ਸਾਹਿਬਾਨ ਜਿਹੜੇ ਪ੍ਰਬੰਧਾਂ 'ਚ ਸੀਗੇ ਅਤੇ ਕਈ ਅਫਸਰ ਸਾਹਿਬਾਨਾਂ ਨੇ ਇਸ 'ਚ ਪਾਰਟੀਸਪੇਟ ਵੀ ਕੀਤਾ ਅਤੇ ਇਨਾਮ ਵੀ ਜਿੱਤਿਆ। ਬਿਲਕੁਲ, ਇਹ ਤਾਂ ਨਾ ਰੁਕਣ ਵਾਲਾ ਸਿਲਸਿਲਾ ਹੈਗਾ। ਮੈਂ ਆਪਣੀ ਸਪੀਚ 'ਚ ਵੀ ਕਿਹਾ ਹੈ ਕਿ ਪਹਿਲੀ ਵਾਰ ਜ਼ਰੂਰ ਹੋਈ ਹੈ ਬਟ ਅਖੀਰਲੀ ਵਾਰ ਨਹੀਂ ਹੋਈ। ਨਾ ਸਿਰਫ ਸਾਈਕਲ ਰੈਲੀ ਬਲਕਿ ਹੋਰ ਵੀ ਜਿਹੜੇ ਖੇਡਾਂ ਨਾਲ ਸੰਬੰਧਿਤ ਟੂਰਨਾਮੈਂਟਸ ਹੈਗੇ ਸਾਡੇ ਜਿਹੜੇ ਇਸ ਏਰੀਆ ਦੇ ਵਿੱਚ ਸਪੈਸ਼ਲੀ ਗੁਰਦਾਸਪੁਰ ਦੇ ਵਿੱਚ ਚੱਲਦੇ ਰਹਿਣਗੇ, ਬਹੁਤ ਛੇਤੀ ਇਹਦਾ ਅਨਾਊਂਸਮੈਂਟ ਹੋਊਗਾ। ਅਸੀਂ ਕਲਚਰਲ ਐਕਟੀਵਿਟੀਜ਼ ਆਲਰੇਡੀ ਚਲਾ ਰਹੇ ਨੇ, ਅਸੀਂ ਕਵੀ ਦਰਬਾਰ ਗੁਰਦਾਸਪੁਰ 'ਚ ਲਾਇਆ ਸੀਗਾ, ਹੁਣ April ਦੇ ਵਿੱਚ ਅਸੀਂ ਸਟੇਜ ਪਲੇ ਵੀ ਕਰ ਰਹੇ ਨੇ, ਉਹ ਵੀ ਡਰੱਗਸ ਦੇ ਖਿਲਾਫ ਹੀ ਹੋਊਗਾ। ਅਤੇ ਸਾਡੀ ਕੋਸ਼ਿਸ਼ ਹੈ ਜ਼ਿਆਦਾ ਤੋਂ ਜ਼ਿਆਦਾ ਯੂਥ ਜਿਹੜਾ ਯੂਥ ਸਾਡਾ ਸਪੋਰਟਸ ਅਤੇ ਆਰਟਸ ਨਾਲ ਜੁੜ ਕੇ ਨਸ਼ਿਆਂ ਦੇ ਖਿਲਾਫ ਜਿਹੜਾ ਮੈਸੇਜ